And the new Miss Universe is India. ਭਾਰਤ ਦੀ ਹਰਨਾਸ ਸੰਧੂ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਲਿਆ ਹੈ। ਮਿਸ ਯੂਨੀਵਰਸ ਦਾ ਤਾਜ ਭਾਰਤ ਦੀ ਝੋਲੀ ਵਿੱਚ 21 ਸਾਲਾਂ ਬਾਅਦ ਆਇਆ ਹੈ। ਆਖਰੀ ਵਾਰ ਸਾਲ 2000 ਵਿੱਚ ਲਾਰਾ ਦੱਤਾ ਨੇ ਇਸ ਖਿਤਾਬ ਨੂੰ ਜਿੱਤਿਆ ਸੀ ਅਤੇ ਉਸੇ ਸਾਲ ਹਰਨਾਸ ਸੰਧੂ ਦਾ ਜਨਮ ਵੀ ਹੋਇਆ ਸੀ। ਇਜ਼ਰਾਈਲ ਦੇ ਐਲਾਤ ਵਿੱਚ 70ਵੇਂ ਮਿਸ ਯੂਨੀਵਰਸ 2021 ਦਾ ਮੁਕਾਬਲਾ ਕਰਵਾਇਆ ਗਿਆ ਸੀ, ਜਿਸ ਵਿੱਚ ਹਰਨਾਸ ਸੰਧੂ ਹਿੱਸਾ ਲੈ ਰਹੀ ਸੀ। 21 ਸਾਲਾ ਹਰਨਾਸ ਸੰਧੂ ਨੇ ਪਰਾਗਵੇ ਦੀ ਨਾਦੀਆ ਫਰੇਰਾ ਅਤੇ ਦੱਖਣੀ ਅਫਰੀਕਾ ਦੀ ਲਲੇਲਾ ਮਸਵਾਨੇ ਨੂੰ ਪਿੱਛੇ ਛੱਡ ਕੇ ਇਸ ਖਿਤਾਬ 'ਤੇ ਕਬਜ਼ਾ ਕੀਤਾ ਹੈ। ਬਿਊਟੀ ਕੰਟੈਸਟ ਵਿੱਚ ਹਰਨਾਸ ਸੰਧੂ 17 ਸਾਲ ਦੀ ਉਮਰ ਤੋਂ ਹੀ ਹਿੱਸਾ ਲੈ ਰਹੀ ਹੈ। ਇਸ ਤੋਂ ਪਹਿਲਾਂ 2021 ਵਿੱਚ ਉਹ ਮਿਸ ਦੀਵਾ 2021 ਦਾ ਖਿਤਾਬ ਜਿੱਤ ਚੁੱਕੀ ਹੈ। 2019 ਵਿੱਚ ਉਹਨਾਂ ਨੇ ਫੈਮਿਨਾ ਮਿਸ ਇੰਡੀਆ ਪੰਜਾਬ ਦਾ ਖਿਤਾਬ ਜਿੱਤਿਆ ਸੀ ਅਤੇ 2019 ਦੀ ਫੈਮਿਨਾ ਮਿਸ ਇੰਡੀਆ ਵਿੱਚ ਟੌਪ 12 ਵਿੱਚ ਥਾਂ ਬਣਾਈ ਸੀ। ਇਸ ਤੋਂ ਇਲਾਵਾ ਹਰਨਾਸ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਹੈ। ਹਰਨਾਸ ਦਾ ਪਿਛੋਕੜ ਪੰਜਾਬ ਦੇ ਗੁਰਦਾਸਪੁਰ ਤੋਂ ਹੈ, ਪਰ ਉਸਦੀ ਪੜ੍ਹਾਈ ਚੰਡੀਗੜ੍ਹ ਵਿੱਚ ਹੋਈ ਹੈ। ਹਰਨਾਸ ਫਿਲਹਾਲ MA ਕਰ ਰਹੀ ਹੈ। ਖਿਤਾਬ ਜਿੱਤਣ ਤੋਂ ਬਾਅਦ ਹਰਨਾਸ ਸੰਧੂ ਨੇ ਕਿਹਾ, ਮੈਂ ਰੱਬ, ਆਪਣੇ ਰਿਸ਼ਤੇਦਾਰਾਂ ਅਤੇ ਮਿਸ ਇੰਡੀਆ ਸੰਗਠਨ ਦੀ ਧੰਨਵਾਦੀ ਹਾਂ, ਜਿਨ੍ਹਾਂ ਨੇ ਇਸ ਪੂਰੇ ਸਫ਼ਰ ਵਿੱਚ ਮੇਰਾ ਸਾਥ ਦਿੱਤਾ। ਉਹਨਾਂ ਸਾਰਿਆਂ ਦੇ ਲਈ ਬਹੁਤ ਸਾਰਾ ਪਿਆਰ, ਜਿਨ੍ਹਾਂ ਨੇ ਮੇਰੇ ਲਈ ਦੁਆਵਾਂ ਕੀਤੀਆਂ। ਹੁਣ ਸਵਾਲ ਇਹ ਹੈ ਕਿ ਹਰਨਾਸ ਤੋਂ ਆਖਰੀ ਰਾਊਂਡ ਵਿੱਚ ਕੀ ਕੁਝ ਪੁੱਛਿਆ ਗਿਆ। ਟੌਪ 3 ਯਾਨੀ ਆਖਰੀ ਰਾਊਂਡ ਦੇ ਦੌਰਾਨ ਸਾਰਿਆਂ ਤੋਂ ਇਹ ਸਵਾਲ ਪੁੱਛਿਆ ਗਿਆ ਸੀ ਕਿ ਅੱਜ ਦੇ ਸਮੇਂ ਵਿੱਚ ਦਬਾਅ ਦਾ ਸਾਹਮਣਾ ਕਰ ਰਹੀਆਂ ਉਹਨਾਂ ਕੁੜੀਆਂ ਨੂੰ ਉਹ ਕੀ ਸਲਾਹ ਦੇਣਾ ਚਾਹੁਣਗੇ ਜਿਸ ਨਾਲ ਉਹ ਉਸਦਾ ਸਾਹਮਣਾ ਕਰ ਸਕਣ। ਇਸ ਸਵਾਲ 'ਤੇ ਹਰਨਾਸ ਸੰਧੂ ਨੇ ਕਿਹਾ, ਅੱਜ ਦੇ ਨੌਜਵਾਨਾਂ 'ਤੇ ਸਭ ਤੋਂ ਵੱਡਾ ਦਬਾਅ ਉਹਨਾਂ ਦਾ ਖੁਦ 'ਤੇ ਭਰੋਸਾ ਕਰਨਾ ਹੈ। ਇਹ ਜਾਣਨਾ ਕਿ ਤੁਸੀਂ ਕਿੰਨੇ ਅਨੋਖੇ ਹੋ ਅਤੇ ਇਹ ਤੁਹਾਨੂੰ ਕਿੰਨਾ ਖੂਬਸੂਰਤ ਬਣਾਉਂਦਾ ਹੈ। ਆਪਣੇ ਆਪ ਦੀ ਦੂਜਿਆਂ ਨਾਲ ਤੁਲਨਾ ਨਾ ਕਰੋ। ਪੂਰੀ ਦੁਨੀਆ ਵਿੱਚ ਜੋ ਹੋ ਰਿਹਾ ਉਸ 'ਤੇ ਗੱਲ ਕਰਨਾ ਬੇਹੱਦ ਜ਼ਰੂਰੀ ਹੈ। ਬਾਹਰ ਨਿਕਲੋ, ਖੁਦ ਦੇ ਲਈ ਬੋਲੋ, ਕਿਉਂਕਿ ਤੁਸੀਂ ਹੀ ਆਪਣੀ ਜ਼ਿੰਦਗੀ ਦੇ ਲੀਡਰ ਹੋ, ਆਪਣੀ ਖੁਦ ਦੀ ਆਵਾਜ਼ ਹੋ। ਮੈਂ ਖੁਦ 'ਤੇ ਵਿਸ਼ਵਾਸ ਕਰਦੀ ਹਾਂ, ਇਸ ਲਈ ਮੈਂ ਅੱਜ ਇੱਥੇ ਖੜੀ ਹਾਂ। ਇਸ ਸਵਾਲ ਦੇ ਜਵਾਬ ਨੇ ਹਰਨਾਸ ਨੂੰ ਟੌਪ 3 ਵਿੱਚ ਸਭ ਤੋਂ ਉੱਤੇ ਕਰ ਦਿੱਤਾ ਅਤੇ ਉਹ ਜੇਤੂ ਬਣ ਗਈ। ਇਸ ਤੋਂ ਪਹਿਲਾਂ ਟੌਪ 5 ਦੇ ਰਾਊਂਡ ਵਿੱਚ ਹਰਨਾਸ ਤੋਂ ਵਾਤਾਵਰਨ ਤਬਦੀਲੀ ਦੇ ਬਾਰੇ ਸਵਾਲ ਪੁੱਛਿਆ ਗਿਆ ਸੀ। ਸਵਾਲ ਸੀ, ਵਧੇਰੇ ਲੋਕ ਸੋਚਦੇ ਨੇ ਕਿ ਵਾਤਾਵਰਨ ਤਬਦੀਲੀ ਬਸ ਇੱਕ ਧੋਖਾ ਹੀ ਹੈ, ਉਹਨਾਂ ਨੂੰ ਸਮਝਾਉਣ ਦੇ ਲਈ ਤੁਸੀਂ ਕੀ ਕਰੋਗੇ? ਹਰਨਾਸ ਸੰਧੂ ਨੇ ਇਸ 'ਤੇ ਜਵਾਬ ਦਿੱਤਾ, ਮੇਰਾ ਦਿਲ ਟੁੱਟ ਜਾਂਦਾ ਹੈ ਜਦੋਂ ਮੈਂ ਕੁਦਰਤ ਨੂੰ ਦੇਖਦੀ ਹਾਂ ਕਿ ਉਹ ਕਿੰਨੀਆਂ ਦਿੱਕਤਾਂ ਤੋਂ ਗੁਜ਼ਰ ਰਹੀ ਹੈ। ਇਹ ਸਭ ਸਾਡੇ ਗੈਰ ਜ਼ਿੰਮੇਦਾਰਾਨਾ ਰਵੱਈਏ ਕਾਰਨ ਹੈ। ਮੈਂ ਪੂਰੀ ਤਰ੍ਹਾਂ ਮੰਨਦੀ ਹਾਂ ਕਿ ਇਹ ਸਮਾਂ ਘੱਟ ਗੱਲ ਕਰਦਾ ਅਤੇ ਵਧੇਰੇ ਕੰਮ ਕਰਦਾ, ਕਿਉਂਕਿ ਸਾਡਾ ਹਰ ਇੱਕ ਕੰਮ ਕੁਦਰਤ ਨੂੰ ਬਚਾ ਸਕਦਾ ਜਾਂ ਫਿਰ ਖਤਮ ਕਰ ਸਕਦਾ। ਇਸ ਨੂੰ ਬਚਾਉਣ ਦੇ ਲਈ ਕੁਝ ਨਾ ਕੁਝ ਕਰਨਾ, ਪਛਤਾਉਣ ਅਤੇ ਮੁਰੰਮਤ ਕਰਨ ਤੋਂ ਬਿਹਤਰ ਹੈ। ਅਤੇ ਦੋਸਤੋ, ਮੈਂ ਅੱਜ ਇਸੇ ਦੇ ਲਈ ਤੁਹਾਨੂੰ ਰਾਜ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ।